ਦੇਖੋ ਵੀਰ ਅੱਜ ਅਸਾਂ ਤਨਖਾਹ ਕਿਤੇ ਮੈਂ ਪੈਸੇ ਸਹੀਵਾਲ ਅਤੇ ਅਸਾਂ ਹੁਣ ਤਿਆਰੀ ਕਰ ਕੇ ਅਤੇ ਬੁੱਝ ਬਿਲਾਸ ਨਿਕਲਦੇ ਪੈਸੇ ਤੁਹਾਡੇ ਸਿੱਧੇ ਸਮੁੰਦਰੀ ਤੂੰ ਚਲਾ ਹੋਣਾ ਸੀ ਜੁੰਮੇ ਜਾ ਕੋ ਤੂੰ ਚੜੇ ਨੇ ਅਤੇ ਬਸ ਵੱਲ ਅਸਾਂ ਨਿਕਲਦੇ ਹਾਂ ਮੈਂ ਮੇਰਾ ਖਿਆਲ ਹੈ ਮੰਨ ਰਹੇ ਉੱਥੇ ਪੋਸੀ ਚੀਤਾ ਬਸ ਤਾਂ ਨਾ ਮੈਂ ਬੋਲਦੀ ਰੋਟੀ ਭੇਜ ਉੱਤੇ ਅਸਾਂ ਹੁਣ ਤਿਆਰੀ ਕਰਦੀ ਅਤੇ ਨਿਕਲਦੇ ਪੈਸੇ ਮੇਰਾ ਖਿਆਲ ਇੱਕ ਵਜੇ ਦਾ ਪ੍ਰੋਗਰਾਮ ਹੈ ਉਹਨਾਂ ਦਾ ਐਸ ਆਈ ਤੂੰ ਤਕਰੀਬਨ ਕਿ ਟਾਈਮ ਹੈ ਸਾਢੇ ਦਸ ਤਕਰੀਬਨ ਸਾਢੇ ਦਸ ਵਜੇ ਅਸੀਂ ਇੱਥੋਂ ਮੁਲਤਾਨੋਂ ਕੁਝ ਵਿਲਾਜ ਵੀ ਨਿਕਲਦੇ ਪੈਸੇ ਇਨਸ਼ਾ ਅੱਲਾ ਤਰੇ ਘੰਟੇ ਪਹੁੰਚ ਗਏ ਨਾਲ ਤੇ ਜੁਮੇ ਸ਼ਾਹ ਕੋ ਅੱਗੂ ਚੜਾਉਣਾ ਸੀ ਤੇ ਦੇਖੋ ਤੇ ਸਾਹਮਣੇ ਹਾਂ ਸ਼ਾਹ ਸ਼ਾਹ ਨਾਲ ਪਿਆ ਤੇ ਨਾਲ ਬੱਚੇ ਨਾਲ ਹੜੱਪਾ ਮੇਰੇ ਖਿਆਲ ਪ੍ਰਣਾਮ ਸੀ ਕਹਿੰਦਾ ਮਾਂਜੋ ਦਾਲ ਇਹਨਾਂ ਨੂੰ ਦਿਖਾਓ ਹੜੱਪਾ ਮਾਂਜੋ ਦਾਲ ਜਿਹੜਾ ਉੱਥੇ ਵੀ ਪੰਜ ਵੀਡੀਓ ਵੀਵਰ ਅਸਲਾਮ ਅਲੈਕੁਮ ਕਿਆ ਹਾਲ ਹਨ ਠੀਕ ਹੋ ਉਮੀਦ ਹੈ ਸਭ ਠੀਕ ਹੋਵੇ ਮੈਂ ਕਿਧਰ ਰਿਹਾ ਮੇਰਾ ਚੈਨਲ ਹੈ ਸਰੈਕਿਸਤਾਨ ਅੱਜ ਦਾ ਵਲੌਗ ਕਰਨ ਲੱਗਾ ਸ਼ੁਰੂ ਮੇਰੇ ਚੈਨਲ ਕੋ ਸਬਸਕ੍ਰਾਈਬ ਕਰੋ ਵੀਡੀਓ ਕੋ ਲਾਈਕ ਕਰੋ ਆਪਕੀ ਬੜੀ ਬੜੀ ਮਿਹਰਬਾਨੀ ਹੋਵੇਗੀ ਵੀਵਰ DHA ਦੇ ਪੈਟਰੋਲ ਪੰਪ ਤੋਂ ਇੱਥੋਂ ਪੈਟਰੋਲ ਭਰਵੈਨੇ ਹੈ ਅਤੇ ਬਸ ਵੱਲ ਅਸਾਂ ਆਪਣੇ ਸਫ਼ਰ ਕੋ ਰਵਾਨਾ ਤੀਨੇ ਇਨਸ਼ਾ ਅੱਲਾ ਕੌਮ ਨੇ ਅਗਰ ਰਲ ਮਿਲ ਪੈਸਾ ਇਕੱਠਾ ਕਰਕੇ ਪੁੱਲ ਬਣਾਓ ਉਹਨਾਂ ਨੇ ਪੁੱਲ ਬਣਾਇਆ ਪੁੱਲ ਬਣਾਉਣ ਚ ਮੈਨੂੰ ਸਾਰਾ ਪੈਸਾ ਆਪ ਲਾਇਆ ਮੁਲਕ ਦਾ ਸਹੀ ਇਕੱਠਾ ਕਰਕੇ ਉਹਨਾਂ ਪਹਿਲੀ ਨਿਭਾ ਜਿਹੜੀ ਮੋਟਰ ਟੱਪੀ ਨਾ ਉੱਥੋਂ ਕੋਲ ਦੇਖਣ ਵਾਸਤੇ ਕੀਤੀ ਮਸਾਲਾ ਕਰੋੜਾਂ ਰੁਪਏ ਇੱਕ ਨਿਭਾ ਦੇ ਇਕੱਠਾ ਦੇ ਗਏ ਉਹਨਾਂ ਦਾ ਜੇ ਮੈਂ ਸਭ ਵਿਜ਼ਿਟ ਕਰਨ ਗਿਆ ਤਾਂ ਮੈਂ ਪੁੱਲ ਬਣਾਉਣ ਦੇ ਚਾਰ ਸਪਾਟੇ ਵਾਸਤੇ ਟੱਪ ਰਿਹਾ ਉਹਨਾਂ ਨੇ ਪੁੱਲ ਦਾ ਕਰਦਾ ਇਲਾਜ ਅੱਡਾ ਤੇ ਹੁਣ ਉਹਨਾਂ ਕੋਈ ਇਤਨੀ ਇਨਕਮ ਅੱਛੀ ਨਹੀਂ ਵੀ ਹੁਣ ਪੁੱਲ ਦੀ ਛੜੀ ਇਨਕਮ ਹੈ ਅਸਾਂ ਆਪਣੇ ਮੁਲਕ ਦੇ ਆਪ ਟੈਕਸ ਲਾ ਕੇ ਆਪ ਇਕੱਠਾ ਕਰਕੇ ਤਾਂ ਕੋਈ ਕੰਮ ਨਹੀਂ ਕਰ ਸਕਦੇ ਯਾਰ ਇਹ ਮੋਟਰ ਵੇ ਦਾ ਕਿੰਨਾ ਪੈਸਾ ਕੱਢਾ ਦੇਣਾ ਵੀ ਮਹਿੰਗਾ ਕਿਤੇ ਵੀ ਬੰਦ ਤੋੜ ਕਿਆ ਨਹੀਂ ਇਹ ਦੇਖੋ ਵੀਰ ਅਸਾਂ ਖਾਨੇਵਾਲ ਟੂਲ ਪਲਾਜ਼ਾ 'ਤੇ ਆ ਗਏ ਸੀ ਇੱਥੇ ਟੂਲ ਪਲਾਜ਼ਾ ਬਰੇ ਨੇ ਅਤੇ ਬਸ ਵੱਲ ਰਵਾਨਾ ਤੀਨੇ ਇਨਸ਼ਾ ਅੱਲਾ ਇਹ ਦੇਖੋ ਅਸਾਂ ਸਾਡੀ ਗੱਡੀ ਆ ਗਈ ਹੈ ਅਸਾਂ ਟੂਲ ਪਲਾਜ਼ਾ ਦਿੰਦੇ ਪੈਸੇ ਅਤੇ ਬਸ ਵੱਲ ਅਸਾਂ ਰਵਾਨਾ ਇਹ ਦੇਖੋ ਵੀਰ ਅਸਾਂ ਮੀਆਂ ਚੰਨੂ ਪਹੁੰਚਾਏ ਸੀ ਮੀਆਂ ਚੰਨੂ ਟੂਲ ਪਲਾਜ਼ੇ 'ਤੇ ਇੱਥੇ ਵੀ ਟੂਲ ਪਲਾਜ਼ਾ ਦਿੰਦੇ ਸੀ ਇਹ ਦੇਖੋ ਮੀਆਂ ਚੰਨੂ ਟੂਲ ਪਲਾਜ਼ੇ 'ਤੇ ਪਹੁੰਚਾਏ ਸੀ ਬਿਲਕੁਲ ਟੂਲ ਪਲਾਜ਼ੇ 'ਤੇ ਇਹ ਦੇਖੋ ਜੀ ਇਹ ਹੁਣ ਇੱਥੇ ਪਹੁੰਚ ਕੇ ਟੂਲ ਪਲਾਜ਼ਾ ਦਿੰਦੇ ਸੀ ਅਤੇ ਵੱਲ ਰਵਾਨਾ ਥੀਂਦੇ ਸੀ ਵੀ ਆ ਕੇ ਰਸਤੇ ਮੈਂ ਪੰਜ ਚਾਰ ਟੂਲ ਪਲਾਜ਼ੇ ਆਉਂਦੇ ਨੇ ਵਕਫੇ ਦਾ
ਸਾਡਾ ਸਾਈਡ ਪ੍ਰਮੋਟ ਕਰ ਰਿਹਾ ਉਹ ਸਟਾਰਟ ਕਰ ਗਈ ਦੀ ਉਹਨੇ ਕੋਈ ਨਾ ਕੋਈ ਇਹਨੇ ਕਵੀਵਰ ਅਸਾਂ ਹੁਣ ਸਹੀਵਾਲ ਤੋਂ ਵਾਪਸ ਆਉਂਦੇ ਪਏ ਸੀ ਇਹ ਸਹੀਵਾਲ ਸ਼ਹਿਰ ਦਾ ਪੋਲੇ ਪਿਆ ਇਹਦੇ ਤੋਂ ਲੰਘ ਕੇ ਅਤੇ ਅਸਾਂ ਵਾਪਸ ਮੁਲਤਾਨ ਰੋਡ 'ਤੇ ਆਵੇ ਸੋ ਇਹ ਦੇਖੋ ਜੀ ਇਹ ਦੇਖੋ ਵੀਰ ਮੇਰਾ ਭਤੀਜਾ ਸਾਈਕਲ ਕਹਿੰਦਾ ਹੈ ਹਾਂਜੀ ਇਹ ਦੇਖੋ ਸਾਈਕਲ ਕਹਿੰਦਾ ਹੈ 25,000 ਰੁਪਇਆ ਲਾ ਹੈ ਕਿਤਨੇ ਦਾ ਹੈ ਅੱਛਾ ਬੜੇ ਪੈਸੇ ਲਾਇਆ ਵੇ ਅੱਜ ਤਾਂ ਅੱਗੇ 5,000-10,000 ਦਾ ਮੋਟਰਸਾਈਕਲ ਆਉਂਦਾ ਜੀ 25,000 ਭਰੇ ਵੇ ਚੈੱਕ ਕਰਕੇ ਆਇਆ ਵੇ ਜਾਂ ਹੈ ਕਸਵਾਇਆ ਆਪ ਹੀ ਵੇ ਹੈਂ ਜਾਂ ਕਸਾ ਕਸਾਇਆ ਖੜਾਈ ਗੇਰਾਂ ਲੈ ਕਿਤਨੇ ਗੇਰ ਸੀ ਜਹਾਜ ਬਣਵਾਉਂਦਾ ਮੇਰੀ ਵੀਡੀਓ ਆਪਕੋ ਅੱਛੀ ਲੱਗੀ ਹੋਗੀ ਆਪਣਾ ਖਿਆਲ ਕੀਜੀਏਗਾ ਦੁਆਓਂ ਮੇਂ ਯਾਦ ਕੀਜੀਏਗਾ ਫਿਰ ਮਿਲੇਂਗੇ ਇੱਕ ਨਈ ਵੀਡੀਓ ਕੇ ਸਾਥ ਅੱਲਾਹ ਹਾਫਿਜ਼।